ਸਾਵਣ ਮਹੀਨੇ ਬਾਣੀਏ ਪੈਂਦੇ ਨਵੀਆਂ ਹੱਟੀਆਂ ਪਾ ਕੇ ਬਈ ਜੱਟਾਂ ਤੋਂ ਗੁੜ ਸਸਤਾ ਲੈ ਕੇ ਜੱਟਾਂ ਤੋਂ ਗੁੜ ਸਸਤਾ ਲੈ ਕੇ ਵੇਚਦੇ ਮੁੱਲ ਵਧਾ ਕੇ ਬਈ ਮੁੰਡੇ ਕੁੜੀਆਂ ਜਿੱਦ ਕਰ ਬੈਂਦੇ ਮੁੰਡੇ ਕੁੜੀਆਂ ਜਿੱਦ ਕਰ ਬੈਂਦੇ ਪੂੜੇ ਦੇ ਉਹ ਬਣਾ ਕੇ ਬਾਣੀ ਉਹ ਸ਼ਰਮ ਕਰੋ ਵੇਚੋ ਮੁੱਲ ਕਟਾ ਕੇ ਬਾਣੀ ਉਹ ਤਰਸ ਕਰੋ ਵੇਚੋ ਮੁੱਲ ਕਟਾ ਕੇ ਬਾਣੀ ਉਹ ਤਰਸ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਭ ਤੋਂ ਪਹਿਲਾਂ ਸਾਉਣ ਮਹੀਨੇ ਦੀਆਂ ਬਹੁਤ ਸਾਰੀਆਂ ਵਧਾਈਆਂ। ਤੁਹਾਨੂੰ ਪਤਾ ਦੋਸਤੋ, ਸਾਉਣ ਮਹੀਨੇ ਦਾ ਚਾਅ ਸਭ ਤੋਂ ਜ਼ਿਆਦਾ ਸਾਡੀਆਂ ਮੁਟਿਆਰਾਂ ਨੂੰ ਹੁੰਦਾ, ਚਾਹੇ ਵਿਆਹੀਆਂ ਹੋਣ ਚਾਹੇ ਕੁਆਰੀਆਂ, ਸਾਰਿਆਂ ਨੂੰ ਇੱਕ ਸਾਰ ਚਾਅ ਹੁੰਦਾ। ਅਤੇ ਜਿਹੜੀਆਂ ਕੁੜੀਆਂ ਕੁਆਰੀਆਂ ਹੁੰਦੀਆਂ ਨੇ ਉਹ ਆਪਣੇ ਪਿੰਡਾਂ ਦੇ ਵਿੱਚ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਤੀਆਂ ਸੈਲੀਬ੍ਰੇਟ ਕਰਦੀਆਂ ਨੇ, ਗਿੱਧੇ ਪਾਉਂਦੀਆਂ ਨੇ, ਭੰਗੜੇ ਪਾਉਂਦੀਆਂ ਨੇ ਅਤੇ ਬੋਲੀਆਂ ਪਾਈਆਂ ਜਾਂਦੀਆਂ ਨੇ, ਚਰਖੇ ਕੱਤੇ ਜਾਂਦੇ ਨੇ, ਤ੍ਰਿੰਝਣਾਂ ਸੱਜਦੀਆਂ ਨੇ। ਅਤੇ ਜਿਹੜੀਆਂ ਕੁੜੀਆਂ ਵਿਆਹੀਆਂ ਹੁੰਦੀਆਂ ਨੇ ਉਹਨਾਂ ਦੇ ਸਹੁਰੇ ਘਰ ਉਹਨਾਂ ਦੇ ਭਰਾ ਜਿਹੜੇ ਸੰਧਾਰਾ ਲੈ ਕੇ ਜਾਂਦੇ ਨੇ ਅਤੇ ਨਾਲ ਹੀ ਫਿਰ ਆਪਣੀ ਭੈਣ ਨੂੰ ਵੀ ਪੇਕੇ ਘਰ ਲੈ ਕੇ ਆਉਂਦੇ ਨੇ ਅਤੇ ਫਿਰ ਉਹ ਉੱਥੇ ਆ ਕੇ ਆਪਣੀਆਂ ਸਹੇਲੀਆਂ ਦੇ ਨਾਲ ਹੈ ਜਿਹੜੀਆਂ ਤੀਆਂ ਸੈਲੀਬ੍ਰੇਟ ਕਰਦੀ ਆ। ਆਪਾਂ ਵੀ ਤੁਹਾਨੂੰ ਤੀਆਂ ਸੈਲੀਬ੍ਰੇਟ ਕਰਾਵਾਂਗੇ, ਆਪਾਂ ਇੱਥੇ ਬੋਲੀਆਂ ਪਾਵਾਂਗੇ, ਗਿੱਧਾ ਪਾਵਾਂਗੇ, ਸਾਰਿਆਂ ਨੇ ਇੰਜੋਏ ਕਰਨਾ, ਪੂਰੀ ਵੀਡੀਓ ਦੇਖਣੀ ਹੈ। ਸਾਉਣ ਮਹੀਨਾ ਦਿਨ ਤੀਆਂ ਦੇ ਪਿੱਪਲੀ ਪੀਂਗਾ ਪਾਈਆਂ ਬਈ ਨੱਚਣ ਟੱਪਣ ਇਕੱਠੀਆਂ ਹੋਵਣ ਨੱਚਣ ਟੱਪਣ ਖੁਸ਼ੀ ਮਨਾਵਣ ਵੱਡੇ ਘਰਾਂ ਦੀਆਂ ਜਾਈਆਂ ਆਲਾ ਚੱਕ ਮਿੱਤਰਾ ਬੰਗਾ ਮੇਚ ਨਾ ਆਈਆਂ ਆਲਾ ਚੱਕ ਮਿੱਤਰਾ ਬੰਗਾ ਮੇਚ ਨਾ ਆਈਆਂ ਆਲਾ ਚੱਕ ਮਿੱਤਰਾ। ਤੇ ਜਿਹੜੀਆਂ ਕੁੜੀਆਂ ਵਿਆਹੀਆਂ ਜਾਂਦੀਆਂ ਨੇ ਉਹਨਾਂ ਦੇ ਜਿਹੜੇ ਭਰਾ ਹੁੰਦੇ ਨੇ ਉਹਨਾਂ ਦਾ ਸੰਧਾਰਾ ਲੈ ਕੇ ਜਾਂਦੇ ਨੇ, ਇਹ ਸਾਡੇ ਪੁਰਾਣੇ ਰੀਤੀ ਰਿਵਾਜ਼ ਚੱਲੇ ਆ ਰਹੇ ਨੇ। ਅਤੇ ਜਦੋਂ ਸੰਧਾਰਾ ਲੈ ਕੇ ਜਾਂਦੇ ਨੇ, ਸੰਧਾਰੇ ਦੇ ਵਿੱਚ ਤੁਹਾਨੂੰ ਪਤਾ ਜੀ ਸੱਜਣ ਸਵਰਨ ਦਾ ਸਮਾਨ, ਕਿਉਂਕਿ ਸਾਡੀਆਂ ਪੰਜਾਬਣਾਂ ਨੂੰ ਸੱਜਣਾ ਬਹੁਤ ਜ਼ਿਆਦਾ ਵਧੀਆ ਲੱਗਦਾ, ਸੱਜਣ ਸਵਰਨ ਦੇ ਸਮਾਨ ਦੇ ਨਾਲ ਨਾਲ ਕੱਪੜਾ ਲੀੜਾ ਕੋਈ ਗਹਿਣਾ ਗੱਟਾ ਵੀ ਹੁੰਦਾ ਸੀ ਅਤੇ ਨਾਲ ਫਿਰ ਖਾਣ ਪੀਣ ਦੀਆਂ ਵਸਤੂਆਂ ਵੀ ਲਿਜਾਈਆਂ ਜਾਂਦੀਆਂ ਸੀ ਅਤੇ ਨਾਲ ਹੀ ਨਾਲ ਆਪਣੀਆਂ ਭੈਣਾਂ ਨੂੰ ਉਹ ਫਿਰ ਆਪਣੇ ਨਾਲ ਲੈ ਆਉਂਦੇ ਸੀਗੇ ਪੇਕੇ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਤੁਹਾਨੂੰ ਪਤਾ ਕੁੜੀਆਂ ਬਹੁਤ ਘੱਟ ਜਿਹੜਾ ਘਰ ਤੋਂ ਬਾਹਰ ਨਿਕਲਦੀਆਂ ਸੀ ਅਤੇ ਇਕੱਲੀਆਂ ਆਉਂਦੀਆਂ ਜਾਂਦੀਆਂ ਘੱਟ ਸੀ ਅਤੇ ਉਹਨਾਂ ਦੇ ਭਰਾ ਉਹਨਾਂ ਨੂੰ ਨਾਲ ਲੈ ਕੇ ਫਿਰ ਪੇਕੇ ਆ ਜਾਂਦੇ ਸੀ ਅਤੇ ਫਿਰ ਉੱਥੇ ਰਹਿ ਕੇ ਆਪਣੀਆਂ ਸਹੇਲੀਆਂ ਦੇ ਨਾਲ ਤੀਆਂ ਸੈਲੀਬ੍ਰੇਟ ਕਰਦੀਆਂ ਸੀ ਅਤੇ ਆਪਣੇ ਜਿਹੜੇ ਦਿਲ ਦੇ ਚਾਅ ਨੇ ਉਹ ਲਾਏ ਜਾਂਦੇ ਸੀ, ਖੁਸ਼ੀ ਦਾ ਇਜ਼ਹਾਰ ਹੁੰਦਾ ਸੀ। ਅਤੇ ਦੋਸਤੋ, ਜਿਹੜੀਆਂ ਸਭ ਤੋਂ ਜ਼ਿਆਦਾ ਬੋਲੀਆਂ ਨੇ ਉਹ ਖਾਸ ਕਰਕੇ ਸੱਸਾਂ 'ਤੇ ਪਾਈਆਂ ਜਾਂਦੀਆਂ ਸੀ, ਕਿਉਂਕਿ ਉਦੋਂ ਸੱਸਾਂ ਆਪਣੇ ਉਹ ਸਹੁਰੇ ਛੱਡ ਕੇ ਆਉਂਦੀਆਂ ਸੀ ਅਤੇ ਇੱਥੇ ਪੇਕਿਆਂ ਦੇ ਘਰ ਆਈਆਂ ਹੁੰਦੀਆਂ ਸੀ ਅਤੇ ਰੱਜ ਕੇ ਪੜਾਸ ਹੈ ਜਿਹੜੀ ਦਿਲ ਦੀ ਕੱਢੀ ਜਾਂਦੀ ਸੀ। ਸੱਸਾਂ ਦੀਆਂ ਬਹੁਤ ਸਾਰੀਆਂ ਬੋਲੀਆਂ ਪਾਈਆਂ ਜਾਂਦੀਆਂ ਸੀ, ਜਿਵੇਂ ਪਹਿਲੀ ਵਾਰ ਜਦ ਬਾਪੂ ਮੇਰਾ ਮੈਨੂੰ ਮਿਲਣ ਸੀ ਆਇਆ ਨੀ ਕਿਲੋ ਦਰਜਣ ਕੇਲੇ ਉਹ ਮੇਰੇ ਲਈ ਲਿਆਇਆ ਨੀ ਜਾਂਦੇ ਹੋਏ ਸੱਸ ਦੇ ਹੱਥ ਵਿੱਚ ਸੌ ਦਾ ਨੋਟ ਫੜਾਇਆ ਸੱਸ ਮੇਰੀ ਨਿੱਤ ਪੁੱਛਦੀ ਫੇਰ ਨੀ ਬਾਪੂ ਆਇਆ ਸੱਸ ਮੇਰੀ ਨਿੱਤ ਪੁੱਛਦੀ ਫੇਰ ਨੀ ਬਾਪੂ ਆਇਆ ਸੱਸ ਮੇਰੀ ਨਿੱਤ ਪੁੱਛਦੀ। ਜਾਂ ਕਈਆਂ ਦੀਆਂ ਜਿਨ੍ਹਾਂ ਦੀਆਂ ਸੱਸਾਂ ਲੜਾਕੀਆਂ ਹੁੰਦੀਆਂ ਸੀ ਉਹ ਫਿਰ ਦਿਲ ਦੀ ਭੜਾਸ ਐਵੇਂ ਕੱਢ ਲੈਂਦੀਆਂ ਸੀ ਉਹ ਸੱਸਾਂ ਸੱਸਾਂ ਹਰ ਕੋਈ ਕਹਿੰਦਾ ਸੱਸਾਂ ਕੀ ਬਣਾਈਆਂ ਮੇਰੇ ਵਾਹਿਗੁਰੂ ਨੇ ਮਗਰ ਚੜੇ ਲਾ ਲਾਈਆਂ ਮੇਰੇ ਵਾਹਿਗੁਰੂ ਨੇ ਮਗਰ ਚੜੇ ਲਾ ਲਾਈਆਂ ਮੇਰੇ ਵਾਹਿਗੁਰੂ ਨੇ। ਦੋਸਤੋ, ਪੁਰਾਣੇ ਸਮਿਆਂ ਦੀ ਜੇ ਅਸੀਂ ਗੱਲ ਕਰੀਏ ਤਾਂ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਜਿਹੜੇ ਘਰ ਹੁੰਦੇ ਸੀ ਤਕਰੀਬਨ ਕੱਚੇ ਕੋਠੇ ਹੁੰਦੇ ਸੀ ਸਾਡੇ, ਹੈ ਨਾ, ਕੱਚੇ ਘਰ ਹੁੰਦੇ ਸੀਗੇ ਅਤੇ ਉਹ ਅਕਸਰ ਤਲੀ ਦੇ ਨਾਲ ਲਿਪੇ ਹੁੰਦੇ ਸੀਗੇ ਕੋਠਿਆਂ 'ਤੇ ਜਿਹੜੀਆਂ ਮਿੱਟੀ ਪਾਈ ਜਾਂਦੀ ਸੀ ਅਤੇ ਜਦੋਂ ਕਿਤੇ 7 ਦਿਨ ਹਫ਼ਤਾ 10 ਦਿਨ ਦੀ ਝੜੀ ਸਾਉਣ ਦੇ ਵਿੱਚ ਲੱਗ ਜਾਂਦੀ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਝੜੀ ਕਿਸ ਨੂੰ ਕਹਿੰਦੇ ਨੇ। ਜਿਵੇਂ ਆਪਾਂ ਕਹਿੰਦੇ ਹਾਂ ਸਾਉਣ ਦੀ ਝੜੀ ਲੱਗੀ ਹੈ, ਜਦੋਂ ਹਫ਼ਤਾ 10 ਦਿਨ ਮੀਂਹ ਨਾ ਰੁਕੇ ਤਾਂ ਉਸ ਨੂੰ ਅਸੀਂ ਸਾਉਣ ਦੀ ਝੜੀ ਕਹਿੰਦੇ ਹਾਂ। ਅਤੇ ਸਾਉਣ ਦੇ ਮਹੀਨੇ ਦੇ ਵਿੱਚ ਇੱਕ ਹੋਰ ਖਾਸ ਗੱਲ ਹੁੰਦੀ ਆ ਮੀਂਹ ਦੀ ਕਿ ਸਾਨੂੰ ਇਹ ਨਹੀਂ ਪਤਾ ਅਸੀਂ ਹੁਣ ਖੜ੍ਹੇ ਹਾਂ ਅਤੇ ਹੁਣੇ ਇੱਕਦਮ ਮੀਂਹ ਆ ਜਾਵੇ, ਸਾਉਣ ਦੇ ਵਿੱਚ ਸ਼ਰਾਟੇ ਵੀ ਵਰਦੇ ਨੇ, ਮੀਂਹ ਦੇ ਇੱਕਦਮ ਸ਼ਰਾਟੇ ਆ ਜਾਂਦੇ ਨੇ ਅਤੇ ਕਈ ਵਾਰੀ ਅਸੀਂ ਭੱਜਦੇ ਭੱਜਦੇ ਵੀ ਆ ਜਿਹੜਾ ਭਿੱਜ ਜਾਂਦੇ ਹਾਂ। ਅਤੇ ਮੈਂ ਗੱਲ ਕਰ ਰਹੀ ਸੀ ਕੱਚੇ ਕੋਠਿਆਂ ਦੀ, ਜਦੋਂ ਸਾਉਣ ਦੀ ਝੜੀ ਲੱਗ ਜਾਂਦੀ ਸੀ ਤਾਂ ਕਈ ਘਰ ਜਿਨ੍ਹਾਂ ਦੇ ਛੱਤਾਂ ਕਮਜ਼ੋਰ ਹੁੰਦੀਆਂ ਸੀ ਜਾਂ ਮੈਂ ਕਹਿ ਲਵਾਂ ਮਿੱਟੀ ਦੇ ਘਰ ਨੇ, ਹੁਣ ਤੁਹਾਨੂੰ ਪਤਾ ਹੀ ਹੈ ਜੀ ਮੀਂਹ ਦਾ ਪਾਣੀ ਕਿੰਨਾ ਹੁੰਦਾ, ਅਤੇ ਉਹ ਰਾਤ ਨੂੰ ਟਿਪ 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 ਕਰਕੇ ਚੌਣ ਲੱਗ ਜਾਂਦੇ ਸੀ ਅਤੇ ਅਕਸਰ ਦੁਖੀ ਹੋ ਕੇ ਮੁਟਿਆਰਾਂ ਕਹਿਣ ਲੱਗ ਜਾਂਦੀਆਂ ਸੀ। ਇੱਕ ਅਖਾਣ ਹੈ ਜਿਹੜਾ ਬੜਾ ਫੇਮਸ ਹੋ ਗਿਆ, ਇੱਦਾਂ ਹੀ ਜਦੋਂ ਟਿਪ ਟਿਪ ਕਰਕੇ ਪਾਣੀ ਗਿਰਦਾ ਤਾਂ ਅਕਸਰ ਕਹਿੰਦੀਆਂ ਸੀ ਕਿ ਸੀਂਹ ਤੋਂ ਨਹੀਂ ਡਰਦੀ ਸੱਪ ਤੋਂ ਨਹੀਂ ਡਰਦੀ,
इस टपकौए ने मारी और टिप टिप करके पानी जिहड़ा गिरदा सी सारी सारी रात सौन नहीं सी दिंदा। ते अक्सर कच्चे घरां दे विच असीं देखदे आं कि बारिश दे मौसम विच तुसीं अज वी देखो जिहड़ियां कच्चियां थावां ने उत्थे कई तरह के जीव जंतु है जिहड़े आ जांदे ने, डड्डू गंडोए सप्प सलौटियां बहुत जिहड़े छोटे छोटे जीव ने पैदा हो जाते हैं तो बड़ियां प्रॉब्लम्स ने जिहड़ियां आउंदियां सी। अज शुक्र है असीं कच्चे घर तो पक्के घर तक पहुँच चुके हैं। तो जिहड़ियां साडियां तीआं ने यह भी त्यौहार साडा काफ़ी मॉडिफाई हो चुके आ, पर अज भी जो असं तीआं सैलीब्रेट करते हैं तो पुराने विरसे दे नाल पुरानी साडी जिहड़ी विरासत तुरी आ रही है जिहड़ा साडा पुराना कल्चर है अक्सर उही असं प्रमोट करते हैं। त्रिंजना दे विच कुड़ियां मिल के बैंदियां ने, बोलियां पाउंदियां ने, मेहंदियां लाउंदियां ने, चरखे कत्तदियां ने ते इक दूजे नाल अपने दिल दे जिहड़े ने चाह सांझे करदियां ने। जिहड़ियां मुटियारां सहुरे घर तो अपने पेके आउंदियां ने उह कई कई साल बाद की साल बाद हना अपनियां सहेलियां नूं मिलदियां ने ते दिल दी भड़ास है जिहड़ी उह कढदियां ने, खुल के अपने दुख सुख सांझे करदियां ने ते ਭਾਬੀਆਂ ਨਨਾਣਾਂ ਬਹਿ ਕੇ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਦੀਆਂ ਨੇ, ਬੋਲੀਆਂ ਪਾਉਂਦੀਆਂ ਨੇ, ਗਿੱਧਾ ਪਾਉਂਦੀਆਂ ਨੇ। ਮੰਨ ਲਓ ਇੱਦਾਂ ਲੱਗਦਾ ਕਿ ਕੁੱਲ ਕਾਇਨਾਤ ਹੈ ਜਿਹੜੀ ਉਹਨਾਂ ਦੇ ਨਾਲ ਉਸ ਟਾਈਮ ਹੱਸ ਰਹੀ ਹੁੰਦੀ ਹੈ, ਨੱਚ ਰਹੀ ਹੁੰਦੀ ਹੈ ਅਤੇ ਤੀਆਂ ਸੈਲੀਬ੍ਰੇਟ ਕਰ ਰਹੀ ਹੁੰਦੀ ਹੈ। ਮਾਂ ਦਾ ਬੁਲਾਇਆ ਮੁੰਡਾ ਹੱਸ ਹੱਸ ਬੋਲਦਾ, ਮਾਂ ਦਾ ਬੁਲਾਇਆ ਮੁੰਡਾ ਹੱਸ ਹੱਸ ਬੋਲਦਾ, ਮੇਰਾ ਬੁਲਾਇਆ ਪਵੇ ਭੱਜ ਕੇ ਨੀ, ਮੈਂ ਵੀ ਕੁੱਟੇ ਅਚਰੀ ਦੇ ਵਿੱਚ ਸੱਦ ਕੇ ਨੀ, ਮੈਂ ਵੀ ਕੁੱਟੇ ਅਚਰੀ ਦੇ ਵਿੱਚ ਸੱਦ ਕੇ ਨੀ, ਮੈਂ ਵੀ ਕੁੱਟੇ ਅਚਰੀ ਦੇ ਵਿੱਚ ਸੱਦ ਕੇ ਨੀ। ਮੋਬਾਈਲ ਨਹੀਂ ਸੀ ਸਾਡੇ ਕੋਲ ਹੁੰਦੇ ਹੈ ਨਾ, ਉਦੋਂ ਦੀ ਗੱਲ ਕਰਦੀ ਹਾਂ ਜਦੋਂ ਮੀਂਹ ਪੈਂਦਾ ਸੀਗਾ ਨਾ ਅਤੇ ਗਲੀਆਂ ਦੇ ਵਿੱਚ ਬਹੁਤ ਬਹੁਤ ਪਾਣੀ ਹੋ ਜਾਂਦਾ ਸੀ, ਅੱਜ ਵੀ ਹੋ ਜਾਂਦਾ ਖੈਰ ਪਾਣੀ ਤਾਂ, ਜਦੋਂ ਕਾਫੀ ਕਾਫੀ ਪਾਣੀ ਗਲੀਆਂ 'ਚ ਵਗਣਾ ਅਤੇ ਛੋਟੇ ਛੋਟੇ ਬੱਚੇ ਨੇ ਜਿਹੜੇ ਉਹਨਾਂ ਨੇ ਕਾਗਜ਼ਾਂ ਦੀਆਂ ਕਸ਼ਤੀਆਂ ਬਣਾ ਕੇ ਰੋੜਨੀਆਂ। ਅੱਜ ਵੀ ਕਈ ਥਾਵਾਂ 'ਤੇ ਵੇਖਣ ਨੂੰ ਮਿਲਦਾ ਜਦੋਂ ਪਾਣੀ ਮੀਂਹ ਦਾ ਵਰਸਦਾ ਹੁੰਦਾ ਅਤੇ ਗਲੀਆਂ ਦੇ ਵਿੱਚ ਬਹੁਤ ਬਹੁਤ ਪਾਣੀ ਹੋ ਜਾਂਦਾ ਤਾਂ ਬੱਚੇ ਬੜੀ ਖੁਸ਼ੀ ਦੇ ਨਾਲ ਨਹਾਉਂਦੇ ਨੇ ਵਿੱਚ, ਇੰਜੋਏ ਕਰਦੇ ਨੇ ਅਤੇ ਕਾਗਜ਼ ਦੀਆਂ ਜਿਹੜੀਆਂ ਕਸ਼ਤੀਆਂ ਬਣਾ ਕੇ ਉਹ ਰੋੜਦੇ ਨੇ। ਅਤੇ ਅੱਜ ਵੀ ਜਦੋਂ ਅਸੀਂ ਉਹਨਾਂ ਨੂੰ ਰੋੜਦੇ ਦੇਖਦੇ ਹਾਂ, ਕਿਸ਼ਤੀਆਂ ਜਦੋਂ ਕਾਗਜ਼ ਦੀਆਂ ਰੋੜਦੇ ਨੇ ਤਾਂ ਸਾਨੂੰ ਆਪਣਾ ਬਚਪਨ ਵੀ ਯਾਦ ਆ ਜਾਂਦਾ ਹੈ। ਅਤੇ ਨਾਲ ਨਾਲ ਆਪਾਂ ਬੋਲੀਆਂ ਵੀ ਸੁਣਾਵਾਂਗੇ ਤੁਹਾਨੂੰ, ਆਓ ਫਿਰ ਬੋਲੀ ਪਾਉਂਦੇ ਹਾਂ। ਨੀ ਉਹ ਕੌਣ ਖੜਾ ਹੈ ਮਜਾ ਜੀ ਬੜਾ, ਕਹਿੰਦਾ ਸੌਣ ਦੇ ਸ਼ਰਾਟੇ ਵਾਂਗੂ ਚੱਕ ਲੈ ਕੜਾ, ਕਹਿੰਦਾ ਸੌਣ ਦੇ ਸ਼ਰਾਟੇ ਵਾਂਗੂ ਚੱਕ ਲੈ ਕੜਾ, ਕਹਿੰਦਾ ਸੌਣ ਦੇ ਸ਼ਰਾਟੇ ਵਾਂਗੂ ਚੱਕ ਲੈ ਕੜਾ। ਪਿੰਡਾਂ ਦੇ ਵਿੱਚ ਅਕਸਰ ਜਿਹੜੇ ਸਾਡੇ ਵੇਖਣ ਨੂੰ ਮਿਲਦੇ ਨੇ ਅਮਲੀ ਬੰਦੇ ਜਾਂ ਛੜੇ ਬੰਦੇ ਹੈ ਨਾ, ਉਹਨਾਂ ਦੀ ਜੇ ਗੱਲ ਨਾ ਹੋਵੇ ਗਿੱਧੇ ਵਿੱਚ ਤਾਂ ਵੀ ਗਿੱਧਾ ਅਧੂਰਾ ਜਿਹਾ ਜਾਪਦਾ, ਜੇ ਸੱਸ ਦੀ ਗੱਲ ਨਾ ਹੋਵੇ ਤਾਂ ਵੀ ਗਿੱਧਾ ਅਧੂਰਾ ਜਿਹਾ ਜਾਪਦਾ ਹੈ ਨਾ। ਰਿਸ਼ਤਿਆਂ ਦੀ ਨੋਕ ਝੋਕ ਬੜੀ ਪਿਆਰੀ ਅਤੇ ਅਮਲੀਆਂ ਅਤੇ ਛੜਿਆਂ ਅਤੇ ਮੁਟਿਆਰਾਂ ਬੋਲੀ ਅਕਸਰ ਪਾ ਹੀ ਦਿੰਦੀਆਂ ਨੇ, ਕਹਿੰਦੀਆਂ ਨੇ ਹੋ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ, ਪਿੰਡ ਸੁਣੀ ਦਾ ਧੂਰੀ ਬਈ, ਉੱਥੋਂ ਦੇ ਦੋ ਛੜੇ ਸੁਣੀ ਦੇ, ਉੱਥੋਂ ਦੇ ਦੋ ਛੜੇ ਸੁਣੀ ਦੇ, ਕੱਛ ਵਿੱਚ ਰੱਖਣ ਕਤੂਰੀ ਬਈ, ਆਪ ਤਖਾਂਦੇ ਰੁੱਖੀ ਮਿੱਸੀ, ਉਹ ਆਪ ਤਖਾਂਦੇ ਰੁੱਖੀ ਮਿੱਸੀ, ਉਹਨੂੰ ਖਵਾਉਂਦੇ ਚੂਰੀ ਜਿਹਦਾ ਲੱਕ ਪਤਲਾ, ਉਹ ਮਜਾ ਜਣਪੂਰੀ ਜਿਹਦਾ ਲੱਕ ਪਤਲਾ, ਉਹ ਮਜਾ ਜਣਪੂਰੀ ਜਿਹਦਾ ਲੱਕ ਪਤਲਾ। ਸੋ ਸਾਡੀਆਂ ਮੁਟਿਆਰਾਂ ਵੱਲੋਂ ਅਲੱਗ ਅਲੱਗ ਰਿਸ਼ਤਿਆਂ ਤੇ ਬੋਲੀਆਂ ਪਾ ਕੇ ਦਿਲ ਦੀ ਹੈ ਜਿਹੜੀ ਭੜਾਸ ਕੱਢੀ ਜਾਂਦੀ ਹੈ। ਪੁਰਾਣੇ ਸਮਿਆਂ ਦੀ ਅਸੀਂ ਗੱਲ ਕਰੀਏ ਤਾਂ ਡੀਜੇ ਤਾਂ ਹੁੰਦੇ ਨਹੀਂ ਸੀ, ਤੁਹਾਨੂੰ ਪਤਾ ਹੀ ਹੈ, ਤੇ ਜਦੋਂ ਕਿਸੇ ਦਾ ਵਿਆਹ ਸ਼ਾਦੀ ਹੋਣਾ ਜਾਂ ਤੀਆਂ ਦਾ ਤਿਉਹਾਰ ਹੋਣਾ ਤਾਂ ਮੁਟਿਆਰਾਂ ਅਕਸਰ ਆਪਣੇ ਦਿਲ ਦੀ ਭੜਾਸ ਬੋਲੀਆਂ ਰਾਹੀਂ ਕੱਢਦੀਆਂ ਸੀ, ਤੇ ਏਦਾਂ ਹੀ ਕਰਦੇ ਕਰਦੇ ਜੋ ਦਿਲ ਦੇ ਵਲਵਲੇ ਸੀ ਸਾਡੇ, ਜੋ ਦਿਲ ਦੇ ਚਾਹ ਸੀਗੇ ਰਿਸ਼ਤਿਆਂ ਦੀਆਂ ਗੱਲਾਂ ਜਾਂ ਕੋਈ ਨੋਕ ਝੋਕ, ਕੋਈ ਪਿਆਰ ਮੁਹੱਬਤ ਦੀ ਗੱਲ, ਕੋਈ ਕਿਸੇ ਨੂੰ ਤਾਨਾ ਮੇਣਾ ਦੇਣਾ, ਉਹ ਬੋਲੀਆਂ ਦੇ ਰੂਪ ਦੇ ਵਿੱਚ ਪ੍ਰਗਟ ਹੁੰਦਾ ਸੀ। ਤੇ ਤੀਆਂ ਦੇ ਟਾਈਮ ਸਾਰੀਆਂ ਮੁਟਿਆਰਾਂ ਨੇ ਜਿਹੜੀਆਂ ਸੱਜ ਸਵਰ ਕੇ ਪੰਜਾਬੀ ਸੂਟ ਪਾ ਕੇ, ਵਾਲਾਂ 'ਚ ਪਰਾਂਦੀਆਂ ਪਾ ਕੇ, ਹੱਥਾਂ 'ਚ ਵੀਣੀ ਚਵੰਗਾਂ ਸਜਾ ਕੇ ਅਤੇ ਫੁਲਕਾਰੀਆਂ ਲੈ ਕੇ, ਘੱਗਰੇ ਪਾ ਕੇ, ਸੋਹਣੇ ਸੋਹਣੇ ਪੰਜਾਬੀ ਸੂਟ ਪਾ ਕੇ ਐਨ ਪੂਰੀ ਤਰ੍ਹਾਂ ਤਿਆਰ ਹੋ ਕੇ ਹਾਰ ਸ਼ਿੰਗਾਰ ਕਰਕੇ ਗਿੱਧੇ ਦੇ ਪਿੜ ਵਿੱਚ ਜਾਂਦੀਆਂ ਸੀ ਅਤੇ ਉੱਥੇ ਜਾ ਕੇ ਗਿੱਧਾ ਪਾਉਂਦੀਆਂ ਸੀ। ਦੋਸਤੋ, ਜਦੋਂ ਅਸੀਂ ਸਾਉਣ ਮਹੀਨੇ ਦੀ ਗੱਲ ਕਰਦੇ ਹਾਂ, ਜਦੋਂ ਸਾਡੇ ਖਾਣ ਪਾਣ ਦੀ ਗੱਲ ਚੱਲਦੀ ਹੈ, ਕਿਉਂਕਿ ਪੰਜਾਬੀ ਨੇ ਜਿਹੜੇ ਪਹਿਰਾਵਿਆਂ ਦੇ ਨਾਲ ਨਾਲ ਉਹ ਜਿਵੇਂ ਪਹਿਨਣ ਦੇ ਸ਼ੌਕੀਨ ਨੇ,
ਸਾਡੀਆਂ ਮੁਟਿਆਰਾਂ ਗਹਿਣਿਆਂ ਦੀਆਂ ਸ਼ੌਕੀਨ ਨੇ, ਪੰਜਾਬੀ ਖਾਣ ਪੀਣ ਦੇ ਬੜੇ ਸ਼ੌਕੀਨ ਨੇ, ਇਹ ਗੱਲ ਕਿਸੇ ਤੋਂ ਨਹੀਂ ਛੁਪੀ। ਤੇ ਜਦੋਂ ਖਾਣ ਪੀਣ ਦੀ ਗੱਲ ਚੱਲਦੀ ਹੈ, ਸਾਉਣ ਮਹੀਨੇ ਦੇ ਵਿੱਚ ਸਪੈਸ਼ਲੀ ਤੌਰ ਤੇ ਸਾਡੇ ਘਰਾਂ ਦੇ ਵਿੱਚ ਹੈ ਜਿਹੜਾ ਖੀਰ ਪੂੜੇ ਬਣਾਏ ਜਾਂਦੇ ਨੇ, ਤੇ ਬੜੇ ਸਵਾਦਿਸ਼ਟ ਹੁੰਦੇ ਨੇ ਖੀਰ ਪੂੜੇ। ਤੇ ਸਾਉਣ ਦੇ ਮਹੀਨੇ ਦੇ ਵਿੱਚ ਘਰ ਘਰ ਹੈ ਜਿਹੜਾ ਖੀਰ ਪੂੜੇ ਬਣਾਏ ਜਾਂਦੇ ਨੇ। ਕੁੜੀਆਂ ਤਰਿੰਜਣਾ 'ਚ ਚਰਖਾ ਕੱਤਦੀਆਂ ਨੇ, ਆਪਣਾ ਚਾਹ ਲਾਉਂਦੀਆਂ ਨੇ, ਆਪਣੇ ਗਿੱਧਾ ਪਾਉਂਦੀਆਂ ਨੇ, ਭੰਗੜਾ ਪਾਉਂਦੀਆਂ। ਸਾਉਣ ਦੇ ਮਹੀਨੇ ਦੇ ਵਿੱਚ ਹਰ ਪਾਸੇ ਆ ਜਿਹੜੇ ਤੁਹਾਨੂੰ ਖੁਸ਼ੀਆਂ ਤੇ ਖੇੜੇ ਮਿਲਦੇ ਨੇ। ਜਦੋਂ ਕਿਤੇ ਬਰਸਾਤ ਪੈ ਕੇ ਹਟਦੀ ਹੈ ਤਾਂ ਅਸੀਂ ਅਕਸਰ ਨਜ਼ਰ ਮਾਰੀਏ ਤਾਂ ਸਾਰਾ ਵਾਤਾਵਰਨ ਹੈ ਜਿਹੜਾ ਸਾਨੂੰ ਪ੍ਰਦੂਸ਼ਿਤ ਰਹਿਤ ਮਿਲਦਾ। ਜਿੰਨਾ ਵੀ ਪ੍ਰਦੂਸ਼ਣ, ਜਿੰਨਾ ਵੀ ਮਿੱਟੀ ਘੱਟਾ ਚੀਜ਼ਾਂ 'ਤੇ ਚੜਿਆ ਹੁੰਦਾ, ਘਰਾਂ 'ਤੇ ਹੁੰਦਾ ਜਾਂ ਦਰੱਖਤਾਂ 'ਤੇ ਹੁੰਦਾ, ਉਹ ਮੀਂਹ ਦੇ ਪਾਣੀ ਨਾਲ ਸਾਰਾ ਸਾਫ਼ ਹੋ ਗਿਆ ਹੁੰਦਾ ਅਤੇ ਇੱਕਦਮ ਸਾਨੂੰ ਜਿਹੜੀ ਕੁਦਰਤ ਹੈ ਬਿਲਕੁਲ ਸਾਫ਼ ਸੁਥਰੀ ਨਜ਼ਰ ਆਉਂਦੀ ਹੈ। ਅਤੇ ਜਿੰਨੀ ਗੰਦਗੀ ਹੈ ਸਾਡੀ, ਸਾਰੀ ਮੀਂਹ ਦਾ ਪਾਣੀ ਹੈ ਜਿਹੜਾ ਉਹ ਧੋ ਦਿੰਦਾ, ਅਤੇ ਹਰ ਪਾਸੇ ਖੁਸ਼ੀਆਂ ਖੇੜੇ ਨਜ਼ਰ ਆਉਂਦੇ ਨੇ। ਮੰਨ ਲਓ ਦਿਲ ਦੇ ਵਿੱਚ ਇੱਕ ਖੁਸ਼ੀ ਦਾ ਚਾਅ ਦਾ ਉਮੰਗ ਦਾ ਜਿਹੜਾ ਹੈ ਪ੍ਰਗਟਾਵਾ ਹੁੰਦਾ। ਇਹ ਖੁਸ਼ੀ ਦੇ ਵਿੱਚ ਹੈ ਜਿਹੜਾ ਮੋਰ ਵੀ ਪਹਿਲਾਂ ਪਾਉਂਦੇ ਨੇ, ਝੂਮਦੇ ਨੇ, ਖੁਸ਼ੀ ਦਾ ਇਜ਼ਹਾਰ ਕਰਦੇ ਨੇ। ਦੂਰ ਦੂਰ ਤੱਕ ਉਹਨਾਂ ਦੀਆਂ ਕਿਲਕਾਰੀਆਂ ਜਿਹੜੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ। ਦੋਸਤੋ, ਇੱਕ ਬੋਲੀ ਛੜਿਆਂ ਦੀ, ਕਹਿੰਦੇ ਚਿੱਟਾ ਕੁੜਤਾ ਹਰਾ ਚਾਦਰਾ ਖੂਹ ਤੇ ਬੈਠਾ ਧੋਵੇ, ਉਹ ਚਿੱਟਾ ਕੁੜਤਾ ਹਰਾ ਚਾਦਰਾ ਖੂਹ ਤੇ ਬੈਠਾ ਧੋਵੇ, ਬਈ ਸਾਬਣ ਥੋੜਾ ਮੈਲ ਬਥੇਰੀ, ਸਾਬਣ ਥੋੜਾ ਮੈਲ ਬਥੇਰੀ, ਹੁਬਕੀ ਹੁਬਕੀ ਰੋਵੇ ਛੜੇ ਵਿਚਾਰੇ ਦਾ, ਕੌਣ ਚਾਦਰਾ ਧੋਵੇ ਛੜੇ ਵਿਚਾਰੇ ਦਾ, ਕੌਣ ਚਾਦਰਾ ਧੋਵੇ ਛੜੇ ਵਿਚਾਰੇ ਦਾ। ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਜਾਣਕਾਰੀ, ਇਹ ਸਾਡੇ ਵਿਰਸੇ ਦੀਆਂ ਗੱਲਾਂ ਕਿੱਦਾਂ ਦੀਆਂ ਲੱਗੀਆਂ। ਇਹ ਕਮੈਂਟ ਰਾਹੀਂ ਤੁਸੀਂ ਜ਼ਰੂਰ ਕਰਕੇ ਦੱਸਣੀਆਂ ਨੇ, ਜੋ ਵੀ ਤੁਹਾਨੂੰ ਵਧੀਆ ਲੱਗਿਆ ਜ਼ਰੂਰ ਕਮੈਂਟ ਕਰਨਾ। ਥੈਂਕ ਯੂ ਸੋ ਮੱਚ, ਤੁਸੀਂ ਵੀਡੀਓ ਦੇਖਿਆ ਹੈ ਨਾ, ਆਪਣਾ ਟਾਈਮ ਕੱਢ ਕੇ, ਅਤੇ ਇੱਦਾਂ ਹੀ ਮੈਂ ਤੁਹਾਨੂੰ ਐਂਟਰਟੇਨ ਕਰਦੀ ਰਹਾਂਗੀ, ਕੁਝ ਕੰਮ ਦੀਆਂ ਗੱਲਾਂ ਵੀ ਤੁਹਾਡੇ ਨਾਲ ਕਰਦੀ ਰਹਾਂਗੀ, ਆਪਣੇ ਵਿਰਸੇ ਦੀਆਂ ਗੱਲਾਂ, ਵਿਰਾਸਤ ਦੀਆਂ ਗੱਲਾਂ, ਕੁਝ ਖਾਣ ਪਾਣ ਦੀਆਂ ਗੱਲਾਂ, ਸਾਰੀਆਂ ਗੱਲਾਂ ਆਪਾਂ ਕਰਦੇ ਰਹਾਂਗੇ। ਪਰ ਮੈਨੂੰ ਤੁਹਾਡੀ ਇੱਦਾਂ ਹੀ ਜਿਹੜੀ ਹੈ ਸਪੋਰਟ ਚਾਹੀਦੀ ਹੈ, ਜੇ ਤੁਸੀਂ ਸਪੋਰਟ ਕਰਦੇ ਰਹੋਗੇ, ਕਮੈਂਟ ਕਰਦੇ ਰਹੋਗੇ, ਤਾਂ ਆਪਾਂ ਤੁਹਾਨੂੰ ਵੀਡੀਓ ਇੱਦਾਂ ਹੀ ਬਣਾ ਕੇ ਜ਼ਰੂਰ ਪਾਉਂਦੇ ਰਹਾਂਗੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਤੁਸੀਂ ਇੰਨਾ ਸਾਰਾ ਟਾਈਮ ਕੱਢ ਕੇ ਵੀਡੀਓ ਦੇਖਿਆ।